DESIblitz.com ਸ਼ਰਤ ਰਹੀ ਥਾਣੇ ਦਾਰਾ ਜੇ ਮੈਂ ਚੀਕ ਪਿਆ ਤਾਂ ਮੈਂ ਆਪਣੇ ਪਿਓ ਦਾ ਨਹੀਂ ਤੇ ਜੇ ਤੂੰ ਮੇਰੀਆਂ ਚੀਕਾਂ ਨਾ ਕਢਾ ਸਕਿਆ ਤਾਂ ਤੂੰ ਆਪਣੇ ਪਿਓ ਦਾ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਿਲਜੀਤ ਸਿੰਘ ਦੋਸਾਂਝ ਤੁਸੀਂ ਮੈਨੂੰ ਦੇਖ ਰਹੇ ਹੋ DESIblitz.com ਕੱਢੋ ਬਾਹਰ ਚੱਲ ਫਿਰ ਬੱਚਾ ਉਹ ਭੱਜ ਨੋ ਡਾਊਟ ਪੰਜਾਬ 1984 ਮੇਰਾ ਡਰੀਮ ਪ੍ਰੋਜੈਕਟ ਹੈ ਮੈਂ ਕਹਾਂ ਜੇ ਸਾਡੀ ਸਾਰੀ ਟੀਮ ਦਾ ਡਰੀਮ ਪ੍ਰੋਜੈਕਟ ਹੈ ਤਾਂ ਸਹੀ ਹੋਏਗਾ ਵਾਈਟ ਹਿਲ ਪ੍ਰੋਡਕਸ਼ਨ ਬੇਸਿਕ ਬ੍ਰਦਰਸ ਉਹ ਪ੍ਰੋਡਿਊਸਰਸ ਨੇ ਸਨੀ ਭਾਜੀ ਹੋਰੀ ਗੁਰਬੀਰ ਸਿੰਘ ਸਿੱਧੂ ਜੀ ਅਨੁਰਾਗ ਸਿੰਘ ਹੋਰਾਂ ਨੇ ਡਾਇਰੈਕਟ ਕੀਤੀ ਹੈ ਜੱਟ ਐਂਡ ਜੂਲੀਅਟ ਸੀਰੀਜ਼ ਵੀ ਉਹਨਾਂ ਨੇ ਡਾਇਰੈਕਟ ਕੀਤੀ ਸੀ ਮੇਰੀਆਂ ਹੋਰ ਫਿਲਮਾਂ ਵੀ ਉਹਨਾਂ ਨੇ ਡਾਇਰੈਕਟ ਕੀਤੀਆਂ ਇਹ ਫਿਲਮ ਦੀ ਸਟੋਰੀ ਵੀ ਉਹਨਾਂ ਦੀ ਲਿਖੀ ਹੋਈ ਹੈ ਸਕਰੀਨ ਪਲੇ ਵੀ ਉਹਨਾਂ ਦਾ ਡਾਇਲੋਗਸ ਵੀ ਉਹਨਾਂ ਨੇ ਲਿਖੇ ਨੇ ਮਿਊਜ਼ਿਕ ਗੁਰਮੀਤ ਸਿੰਘ ਜੀ ਔਰ ਨਿਕ ਧਾਮੂ ਦਾ ਫਿਲਮ ਦੀ ਸਟੋਰੀ ਪੋਲੀਟੀਕਲ ਐਂਗਲ ਤੋਂ ਨਹੀਂ ਕਹੀ ਗਈ ਅਸੀਂ ਵਾਰ ਵਾਰ ਕਹਿ ਰਹੇ ਹਾਂ ਇਹ ਫਿਲਮ ਆਮ ਸਧਾਰਨ ਪੰਜਾਬੀ ਬੰਦਿਆਂ ਦੀ ਕਹਾਣੀ ਹੈ 84 ਤੋਂ ਬਾਅਦ ਪੰਜਾਬ 'ਚ ਕੀ ਹੋਇਆ 84 ਤੋਂ ਬਾਅਦ ਪੰਜਾਬ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਿਆ ਪੰਜਾਬੀ ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ ਮਦਰ ਔਰ ਸਨ ਦੀ ਸਟੋਰੀ ਹੈ ਮਦਰ ਔਰ ਸਨ ਦੀ ਸਟੋਰੀ ਨੂੰ ਬੈਕਡ੍ਰੋਪ 'ਚ ਰੱਖ ਕੇ ਪੰਜਾਬ ਕਿੱਦਾਂ ਅੱਗੇ ਵਧਿਆ 84 ਤੋਂ ਬਾਅਦ ਕਿਹਨਾਂ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਿਆ ਔਰ ਕੀ ਹਾਲਾਤ ਪੈਦਾ ਹੋਏ ਇਹ ਸਟੋਰੀ ਦੱਸਦੀ ਹੈ ਪੰਜਾਬ 1984 ਜਿਹੜੀ 27 ਜੂਨ ਨੂੰ ਰਿਲੀਜ਼ ਹੋ ਜਾਣੀ ਹੈ ਜੀ ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ 6 January 1984 ਮੇਰਾ ਬਰਥ ਹੈ ਜਦੋਂ ਕੋਈ ਮੈਨੂੰ ਪੁੱਛਦਾ ਸੀ ਕਿ ਤੇਰਾ ਡੇਟ ਆਫ ਬਰਥ ਕੀ ਹੈ ਤਾਂ ਮੈਂ ਦੱਸਦਾ ਸੀ 6 January 1984 ਤਾਂ ਇਹਦਾ ਸ਼ੌਕ ਹੁੰਦੇ ਸੀ ਉਹ ਤੂੰ ਦੰਗਿਆਂ ਦਾ ਉਹ ਅੱਛਾ 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 ਤੇਰਾ 84 ਦਾ ਬਰਥ ਹੈ ਤਾਂ ਮੈਨੂੰ ਸਮਝ ਨਹੀਂ ਸੀ ਆਉਂਦੀ ਨਿਆਣੇ ਹੁੰਦੇ ਨੂੰ ਇਹ ਕੀ ਕਹੀ ਜਾਂਦੇ ਮੈਨੂੰ ਕੋਈ ਬਾਕੀ ਕੋਈ ਦੱਸਦਾ ਮੇਰਾ 85 ਦਾ ਹੈ 83 ਦਾ ਹੈ ਤਾਂ ਮੈਨੂੰ 84 ਵਾਲੇ ਨੂੰ ਇੱਦਾਂ ਕਦੇ ਕਹਿੰਦੇ ਆ ਇਹ ਜਦੋਂ ਤੁਸੀਂ ਥੋੜ੍ਹੇ ਵੱਡੇ ਹੁੰਦੇ ਹੋ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਕਿ 84 ਤੋਂ ਬਾਅਦ ਕੀ ਹੋਇਆ ਜਾਂ 84 'ਚ ਕੀ ਹੋਇਆ ਤਾਂ ਬਹੁਤ ਸਾਰੀਆਂ ਗੱਲਾਂ 'ਤੇ ਤਾਂ ਯਕੀਨ ਨਹੀਂ ਸੀ ਆਉਂਦਾ ਮੈਨੂੰ ਕਿ ਇੱਦਾਂ ਕਿੱਦਾਂ ਹੋ ਸਕਦੀ ਆ ਫਿਰ ਜਦੋਂ ਹੋਰ ਤੁਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਹੋਰ ਤੁਹਾਡੀ ਗੱਲਬਾਤ ਹੁੰਦੀ ਹੈ ਜਾਂ ਇਸ ਸਬਜੈਕਟ 'ਤੇ ਫਿਲਮ ਬਣਾਉਣ ਲੱਗਿਆਂ ਅਸੀਂ ਡਾਕੂਮੈਂਟਰੀਜ਼ ਦੇਖੀਆਂ ਜਾਂ ਪਰਸਨਲ ਜਾ ਕੇ ਪਰਿਵਾਰਾਂ ਨੂੰ ਮਿਲੇ ਵੀ ਅਨੁਰਾਗ ਸਿੰਘ ਭਾਅ ਜੀ ਨੇ ਬਹੁਤ ਰਿਸਰਚ ਕੀਤੀ ਇਸ ਫਿਲਮ ਬਾਰੇ ਤਾਂ ਹੋਰ ਵੀ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਧੰਨ ਨੇ ਮੈਂ ਤਾਂ ਕਹੂੰਗਾ ਸਾਡੇ ਪੰਜਾਬੀ ਧੰਨ ਸਾਡੀ ਪੰਜਾਬੀ ਕੌਮ ਜਿਹੜਾ ਇੰਨਾ ਕੁਛ ਆਪਣੇ ਉੱਤੇ ਚੜ ਗਈ ਇਹ ਸਿਰਫ ਗੱਲਾਂ ਕਰਨੀਆਂ ਬਹੁਤ ਸੌਖੀਆਂ ਪਰ ਉਸ ਪੀਰੀਅਡ 'ਚੋਂ ਜਿਹੜੇ ਲੰਘੇ ਨੇ ਜਿਨ੍ਹਾਂ ਨੇ ਦਰਦ ਹੰਢਾਇਆ ਇਹ ਬਹੁਤ 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 ਜ਼ਿਆਦਾ ਟਫ ਹੈ ਖਾਸ ਕਰਕੇ ਬੱਚਿਆਂ ਲਈ ਔਰ ਪਰਿਵਾਰਾਂ ਲਈ ਮਾਵਾਂ ਲਈ ਇਹ ਬਹੁਤ ਟਫ ਹੈ ਮੇਰੀ ਫਿਲਮ ਕਰਨ ਦਾ ਕਾਰਨ ਵੀ ਸਿਰਫ ਇਹ ਹੈ ਮੇਨ ਕਿ ਇਹ ਮਦਰ ਦੀ ਕਹਾਣੀ ਹੈ ਮਾਂ ਦੀ ਕਹਾਣੀ ਹੈ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਉਹ ਬੱਚੇ ਜਿਹੜੀਆਂ ਆਪਣੀਆਂ ਮਾਵਾਂ ਤੋਂ ਅੱਡ ਹੋ ਗਏ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਾਂ ਤੋਂ ਬਿਨਾਂ ਕਿੱਦਾਂ ਉਹਨਾਂ ਨੇ ਆਪਣੀ ਜ਼ਿੰਦਗੀ ਕੱਢੀ ਇਹ ਉਹ ਕਹਾਣੀ ਹੈ ਇਹ ਕਿਸੇ ਇੱਕ ਬੰਦੇ 'ਤੇ ਪੁਆਇੰਟ ਆਊਟ ਕਰਕੇ ਪੋਲੀਟੀਕਲ ਐਂਗਲ ਤੋਂ ਇਸ਼ੂ ਬਣਾ ਕੇ ਫਿਲਮ ਬਣਾਉਣ ਦੀ ਅਸੀਂ ਕੋਸ਼ਿਸ਼ ਨਹੀਂ ਕੀਤੀ ਅਸੀਂ ਕੋਸ਼ਿਸ਼ ਕੀਤੀ ਮਨੁੱਖਤਾ ਦੀ ਗੱਲ ਕਰਨ ਦੀ ਆਮ ਇਨਸਾਨਾਂ ਦੀ ਗੱਲ ਕਰਨ ਦੀ ਪੰਜਾਬ ਦੀ ਗੱਲ ਕਰਨ ਦੀ ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ ਆਪਾਂ ਕੀ ਦੇਣਾ ਕਰੀਏ ਇਸ ਫਿਲਮ 'ਤੇ ਬਜਟ 'ਤੇ ਲੱਗਣਾ ਸੀ ਸਿਰਫ ਫਿਲਮ ਦਾ ਨਾਮ ਰੱਖ ਕੇ 84 ਅਸੀਂ ਫਿਲਮ ਨਹੀਂ ਸੀ ਕਰਨਾ ਚਾਹੁੰਦੇ ਪਿਛਲੇ 3-4 ਸਾਲਾਂ ਤੋਂ ਅਨੁਰਾਗ ਭਾਜੀ ਇਸ ਸਬਜੈਕਟ 'ਤੇ ਕੰਮ ਕਰ ਰਹੇ ਸੀਗੇ ਔਰ ਇਸ ਫਿਲਮ 'ਤੇ ਅੱਛਾ ਖਾਸਾ ਬਜਟ ਲੱਗਣ ਵਾਲਾ ਸੀ ਜਿਹੜਾ ਲੱਗਿਆ ਹੁਣ ਪੀਰੀਅਡ ਫਿਲਮ ਜਦੋਂ ਤੁਸੀਂ ਬਣਾਉਂਦੇ ਆ ਉਦੋਂ ਬਹੁਤ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਲੋਕੇਸ਼ਨਸ ਦਾ ਵੀ ਤੁਹਾਡੇ ਲੁਕਸ ਕੱਪੜੇ ਕਿੱਦਾਂ ਦੇ ਆ ਉਹ ਦੁਬਾਰਾ ਕ੍ਰੀਏਟ ਕਰਨ ਨੂੰ ਬਹੁਤ ਪੈਸਾ ਲੱਗਦਾ ਔਰ ਜਿਹੜੇ ਆਰਟਿਸਟ ਅਸੀਂ ਚਾਹੁੰਦੇ ਸੀ ਕਿ ਫਿਲਮ 'ਚ ਕੰਮ ਕਰਨ ਉਹ ਵੀ ਮਹਿੰਗੇ ਸੀ ਹੋਰ ਵੀ ਜਿਹੜੇ ਆਰਟਿਸਟ ਇਸ ਫਿਲਮ 'ਚ ਸੀਗੇ ਅਤੇ ਇਹ ਫਿਲਮ ਰਿਲੀਜ਼ ਹੋਏਗੀ ਥੀਏਟਰਾਂ ਤੱਕ ਪਹੁੰਚੇਗੀ ਇਹ ਕਿਸੇ ਵੀ ਪ੍ਰੋਡਿਊਸਰ ਨੂੰ ਇਸ ਗੱਲ ਦੀ ਸ਼ੋਰਟੀ ਨਹੀਂ ਸੀ
ਤਾਂ ਮੈਂ ਇੱਦਾਂ ਨਹੀਂ ਸ਼ਿਕਵਾ ਕਰ ਰਿਹਾ ਕਿ ਕੋਈ ਬੰਦੇ ਨੇ ਕਿਉਂ ਨਹੀਂ ਕੀਤੀ ਅਤੇ ਬਟ ਮੈਂ ਉਹਨਾਂ ਦੀ ਡਰ ਵੀ ਸਮਝਦਾ ਕਿ ਕਈ ਵਾਰੀ ਇੱਦਾਂ ਦੀਆਂ ਫਿਲਮਾਂ ਜਿਹੜੀਆਂ ਉਹ ਪ੍ਰੋਬਲਮ 'ਚ ਆ ਜਾਂਦੀਆਂ ਨੇ ਪਰ ਅਸੀਂ ਟਰਾਈ ਕਰ ਰਹੇ ਸੀ ਕਿ ਆਮ ਬੰਦੇ ਦੀ ਕਹਾਣੀ ਕਹੀ ਜਾਵੇ ਔਰ ਅਸੀਂ ਸਾਰੇ ਚਾਹੁੰਦੇ ਸੀ ਕਿ ਥੀਏਟਰ 'ਚ ਜਾ ਕੇ ਸਾਰੇ ਦੇਖਣ ਇਸ ਫਿਲਮ ਨੂੰ ਇਕੱਲੀ ਡੀ ਵੀ ਡੀ ਤੱਕ ਨਾ ਰਹਿ ਜਾਵੇ ਪਹਿਲਾਂ ਹੀ ਹੈ ਨਾ ਜਿੱਦਾਂ ਅਸੀਂ ਜਿੰਨੀ ਮਿਹਨਤ ਕਰ ਰਹੇ ਸੀਗੇ ਅਸੀਂ ਚਾਹੁੰਦੇ ਸੀ ਯਾਰ ਸਾਰੇ ਜਣੇ ਥੀਏਟਰ 'ਚ ਦੇਖਣ ਪੰਜਾਬ 'ਚ ਤਾਂ ਉਹ ਪਹੁੰਚ ਗਿਆ ਉਹਨੂੰ ਕਹਿੰਦਾ ਦੇਖ ਕੀ ਆ ਪੰਜਾਬ ਜੇ ਉਹ ਪੰਜਾਬ 'ਚ ਰੋਕਟ ਲੈ ਕੇ ਪਹੁੰਚ ਗਿਆ ਪੰਜਾਬੀ ਕੀ ਆ ਉੱਥੇ ਤਾਂ ਪੰਜਾਬ ਹੀ ਆ ਸਾਰਾ ਦੇਖ ਭਾਈ ਤੇਰੇ ਸਾਹਮਣੇ ਆ ਪੰਜਾਬ 'ਚ ਔਰ ਸਾਰੇ ਵੈਲਕਮ ਕਰਨਗੇ ਜਿੱਦਾਂ ਪੰਜਾਬੀਆਂ ਨੇ ਕੀਤਾ ਉਹਦਾ ਸਵਾਗਤ ਫਿਰ ਉਹਨੂੰ ਲੱਗ ਜਾਣਾ ਪਤਾ ਪੰਜਾਬੀ ਕੀ ਨੇ ਫਾਈਨਲੀ ਮੈਂ ਇਹੀ ਸਾਰਿਆਂ ਨੂੰ ਮੈਸੇਜ ਨਹੀਂ ਮੈਂ ਬੇਨਤੀ ਕਰੂੰਗਾ ਰਿਕੁਐਸਟ ਕਰੂੰਗਾ ਪਲੀਜ਼ ਸਪੋਰਟ ਕਰਿਓ ਮੇਰੇ ਫੈਨਸ ਵੀ ਪੰਜਾਬੀ ਸਿਨੇਮਾ ਦੇਖਣ ਵਾਲੇ ਵੀ ਔਰ ਪੰਜਾਬੀ ਵੀ ਜਿਹੜੇ ਨਹੀਂ ਵੀ ਫਿਲਮ ਦੇਖਦੇ ਉਹ ਪਲੀਜ਼ 27 June ਨੂੰ ਜ਼ਰੂਰ ਜਾਇਓ ਫਿਲਮ ਦੇਖਣ UK 'ਚ ਲੱਗ ਰਹੀ ਆ ਪੂਰੇ UK 'ਚ ਪੂਰੇ ਵਰਲਡ 'ਚ ਅਸੀਂ ਵਰਲਡ ਵਾਈਡ ਰਿਲੀਜ਼ ਕਰ ਰਹੇ ਹਾਂ 27 June ਨੂੰ ਪੰਜਾਬ 1984 ਆਪਣੀ ਫੈਮਿਲੀਜ਼ ਦੇ ਨਾਲ ਜਾਇਓ ਪੰਜਾਬ ਦੀ ਫਿਲਮ ਹੈ ਪੰਜਾਬੀਆਂ ਦੀ ਫਿਲਮ ਹੈ ਤੁਹਾਡੀ ਆਪਣੀ ਫਿਲਮ ਹੈ ਪਲੀਜ਼ ਸਪੋਰਟ ਕਰਿਓ ਸਾਰੇ ਜਣੇ ਮਾਫ਼ ਕਰਨਾ ਜਦੋਂ ਵੱਡਾ ਦਰਖਤ ਗਿਰਦਾ ਹੈ ਨਾ ਤਾਂ ਫਿਰ ਧਰਤੀ ਤਾਂ ਹਿਲਦੀ ਹੋਏ